उधर अमृतसर से कांग्रेस विधायक राजकुमार मेरका ने कोरोना को हमला बोला उन्होंने कहा को बंगाल की रैली करना आवश्यक उन्होंने क्या कुछ कहा है सारे मिल के इस महामारी समय है और सामू सार के देश के दे लोग ਇਹ ਮਾਮਾਰੇ ਦੇ ਖਿਲਾਫ ਝੰਗ ਸੀਲ ਨਹੀਂ ਚਾਹੀਦੀ ਹੈ ਮੈਂ ਸਮਝਣਾ ਹੈ ਕਿ ਕੇਂਦਰ ਦੀ ਸਰਕਾਰ ਬੰਗਾਲ ਲਖਸ਼ਣਾ ਨੂੰ ਪ੍ਰੋਟੀਓਨਾ ਦਿੰਦੀ ਹੈ ਦੇਸ਼ ਦੇ ਲੋਕਾਂ ਨੂੰ ਉਹਨਾਂ ਨੇ ਕੋਈ ਪ੍ਰਾਇਓਰਟੀ ਨਹੀਂ ਦਿੱਤੀ ਉਹਨਾਂ ਦਾ ਧਿਆਨ ਨਹੀਂ ਕੀਤਾ ਔਰ ਅੱਜ ਇਲੈਕਸ਼ਨ ਕਮਿਸ਼ਨ ਦੀ ਵੀ ਮੈਨੂੰ ਸਮਝ ਨਹੀਂ ਲੱਗੀ ਕਿ ਇਲੈਕਸ਼ਨ ਕਮਿਸ਼ਨ ਉਹਨਾਂ ਚਿਰ ਤੱਕ ਜਿੰਨਾ ਚਿਰ ਨਰਿੰਦਰ ਮੋਦੀ ਲੱਖਾਂ ਦੇ ਲੋਕਾਂ ਨੂੰ ਇਕੱਠਿਆਂ ਕਰਕੇ ਤੇ ਰੈਲੀਆਂ ਕਰਕੇ ਕਰੋਨਾ ਬੰਗਾਲ ਚ ਫਰੋਂਦਾ ਰਿਹਾ ਉਦੋਂ ਤੱਕ ਤੇ ਕੁਛ ਨਹੀਂ ਅੱਜ ਉਹ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਸਾਡੇ ਉਹ ਅੱਜ ਰੈਲੀ ਤੇ ਨਹੀਂ ਗਏ ਤੇ ਅੱਜ ਰੈਲੀਆਂ ਦੇ ਉੱਪਰ ਬੈਨ ਇਲੈਕਸ਼ਨ ਕਮਿਸ਼ਨ ਨੇ ਕਰਤਾ ਹੈ ਇਹਦਾ ਮਤਲਬ ਇਹ ਹੋਏਗਾ ਕਿ ਜਿਹੜਾ ਸਿਸਟਮ ਹੈ ਉਹਨੂੰ ਹਾਈ ਕੀ ਕੇਂਦਰ ਦੀ ਸਰਕਾਰ ਨੇ ਕੀਤਾ ਹੋਇਆ ਔਰ ਇਹ ਜਿਹੜੀ ਜਿਹੜੀ ਮਹਾਮਾਰੀ ਫੈਲੀ ਹੈ ਇਹ ਦੁਨੀਆ ਦੀ ਸਭ ਤੋਂ ਜ਼ਿਆਦਾ ਜਿਹੜੀ ਹੈ ਮਹਾਮਾਰੀ ਉਹ ਹਿੰਦੁਸਤਾਨ ਚ ਫੈਲੀ ਹੈ 4-4 ਲੱਖ ਰੋਜ਼ ਦੇ ਕੇਸ ਉਹ ਆਣੇ ਸ਼ੁਰੂ ਹੋ ਗਏ ਹੈ ਔਰ ਮੈਂ ਮਹਿਸੂਸ ਕਰਦਾ ਕਿ ਸਾਰੀਆਂ ਸਟੇਟਾਂ ਦਾ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਜਿੱਥੇ ਵੀ ਵੈਕਸੀਨ ਦੀ ਜ਼ਰੂਰਤ ਹੈ ਆਕਸੀਜਨ ਦੀ ਜ਼ਰੂਰਤ ਹੈ ਇਹਨਾਂ ਚੀਜ਼ਾਂ ਨੂੰ ਪੂਰਿਆ ਕਰਨਾ ਚਾਹੀਦਾ ਔਰ ਕੇਂਦਰ ਦੀ ਸਰਕਾਰ ਇਹ ਫੇਲ